ਦੋਸਤੋ ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਅੱਜ ਤੁਹਾਡੇ ਲਈ ਇੱਕ ਨਵਾਂ ਕਨਸੈਪਟ ਆ, ਟਰੈਕਟਰ ਨੂੰ ਬੰਦ ਕੈਬਨ ਕੀਤਾ ਹੋਇਆ ਉਹ ਦਿਖਾਵਾਂਗੇ। ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਜਿਵੇਂ ਕਿ ਤੁਹਾਡੇ ਵਾਸਤੇ ਇੱਕ ਨਵਾਂ ਕਨਸੈਪਟ ਆ ਅੱਜ, ਅਤੇ ਅੱਜ ਅਸੀਂ ਫਿਰ ਸਤਲੁਜ ਡਿਜ਼ਾਈਨ ਹੁਣ ਵਾਲੇ ਕੋਲ ਆਏ ਹੋਏ ਹਾਂ। ਅਤੇ ਇਹਨਾਂ ਨੇ ਜਿਵੇਂ ਪਹਿਲਾਂ ਤੁਸੀਂ ਵੀਡੀਓ ਦੇਖੀ ਸੀ ਵੀ ਥਾਰ ਰਿਲੇਟਡ ਸੀਗੀਆਂ, ਥਾਰਾਂ ਮੋਡੀਫਾਈ ਕਰਦੇ, ਬਟ ਨਹੀਂ ਇਕੱਲੀਆਂ ਥਾਰਾਂ ਨਹੀਂ ਕਰਦੇ। ਉਦਣ ਵੀ ਤੁਹਾਨੂੰ ਦੱਸਿਆ ਸੀਗਾ ਵੀ ਹੋਰ ਬਹੁਤ ਕੁਛ ਚੇਂਜਸ ਕਰਦੇ ਨੇ ਗੱਡੀਆਂ ਵਿੱਚ, ਮੋਡੀਫਿਕੇਸ਼ਨ ਕਰ ਦਿੰਦੇ ਨੇ ਹੁਣ ਐਵੇਂ, ਜਿਵੇਂ ਕਿ ਇਹਨਾਂ ਨੇ ਬੰਦ ਕੈਬਨ ਲਾਇਆ। ਅਤੇ ਪਹਿਲਾਂ ਨਾਲੇ ਸਰ ਨੂੰ ਮਿਲਾਂਗੇ, ਸਰ ਕੀ ਹਾਲ ਨੇ? ਅਤੇ ਸਰ ਪਹਿਲਾਂ ਤਾਂ ਇਹ ਦੱਸੋ ਥੈਂਕ ਯੂ ਕਰਦੇ ਹੋ ਸਾਰਿਆਂ ਦਾ, ਜਿਹੜਾ ਕਿ ਤੁਹਾਡੀ ਵੀਡੀਓ ਨੂੰ ਕਿੱਦਾਂ ਦਾ ਰਿਹਾ? ਸਾਰਿਆਂ ਦੇ ਬਹੁਤ ਬਹੁਤ ਥੈਂਕ ਯੂ, ਬਹੁਤ ਵਧੀਆ ਰਿਸਪੋਂਸ ਮਿਲਿਆ ਸਾਨੂੰ, ਜਿਹੜੀ ਪਾਪਾ ਪਿਛਲੀ ਵੀਡੀਓ ਪਾਈ ਸੀ ਹਾਰਟ ਟੌਪ ਵਾਲੀ, ਅਤੇ ਕਾਫੀ ਵਧੀਆ ਰਿਸਪੋਂਸ ਮਿਲਿਆ ਹੁਣ। ਹੁਣ ਜਿਹੜਾ ਕਿ ਇੱਕ ਆਪਾਂ ਨਵਾਂ ਹੋਰ ਲੈ ਕੇ ਆਏ, ਇਹ ਹੁਣ ਆਪਾਂ ਟਰੈਕਟਰ ਦਾ ਬਣਾਇਆ ਏਸੀ ਕੈਬਿਨ ਪੂਰਾ। ਸਾਡੇ ਕੋਲ ਨਵਾਂ ਆਇਆ ਸੀਗਾ, ਬਿਲਕੁਲ ਬ੍ਰੈਂਡ ਨਿਊ ਹੈ ਟਰੈਕਟਰ, ਕੁਬੋਟਾ ਕੰਪਨੀ ਦਾ, ਜਪਾਨੀ ਕੰਪਨੀ ਹੈ ਇਹ, ਕੁਬੋਟਾ। ਹਾਂਜੀ, ਇਹਦਾ ਅਸੀਂ ਸਾਰਾ ਹੀ ਮਤਲਬ ਇਹਨੂੰ ਸਾਰਾ, ਹਾਂਜੀ ਪੂਰਾ ਇਹਦਾ ਏਸੀ ਕੈਬਿਨ ਪੂਰਾ ਆਪਾਂ ਰੈਡੀ ਕੀਤਾ ਹੈ, ਮੈਟਲ 'ਚ ਹੈ ਸਾਰਾ, ਨਾਲੇ ਇਹਦੇ 'ਚ ਫਾਈਬਰ ਦਾ ਕੰਮ ਨਹੀਂ ਹੋਇਆ। ਜਿਵੇਂ ਕਿ ਤੁਹਾਡੀ ਪਹਿਲੀ ਜਿਹੜੀ ਵੀਡੀਓ ਸੀ ਸਤਲੁਜ ਵਾਲਿਆਂ ਦੀ ਜਿਹੜੀ ਸੀਗੀ, ਉਹ 'ਚ ਵੀ ਤੁਸੀਂ ਬਹੁਤ ਜ਼ਿਆਦਾ ਮੈਸੇਜ ਸੀਗੇ, ਤੁਹਾਡੇ ਕਮੈਂਟ ਬਹੁਤ ਜ਼ਿਆਦਾ ਨੇ, ਉਹਦਾ ਆਨਸਰ ਤੁਹਾਨੂੰ ਦੇਣ ਲੱਗਿਆ ਮੈਂ, ਕਿ ਉਹਦੇ ਜਿਹੜੇ ਰੇਟ ਆ ਸਾਰਾ ਕੁਛ ਅਸੀਂ ਵੀਡੀਓ 'ਚ ਦੱਸਿਆ ਹੋਇਆ ਨਾ, ਅਤੇ ਜਿਹੜੇ ਕੰਟੈਕਟ ਨੰਬਰ ਨੇ ਉਹ ਵੀਡੀਓ ਦੇ ਲਾਸਟ ਵਿੱਚ ਹੁੰਦੇ ਆ, ਤੁਸੀਂ ਉੱਥੋਂ ਚੱਕ ਕੇ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਇਹਨਾਂ ਨੂੰ ਮੈਸੇਜ ਕਰ ਸਕਦੇ ਹੋ, ਠੀਕ ਆ? ਉਹ ਵਲੌਗ 'ਚ ਲਾਸਟ 'ਚ ਜਾ ਕੇ ਤੁਸੀਂ ਉੱਥੋਂ ਦੇਖਿਓ, ਤੁਹਾਨੂੰ ਨੰਬਰ ਮਿਲ ਜਾਣਗੇ। ਇਹਦੀ ਵੀ ਡਿਟੇਲ ਆ ਅਸੀਂ ਸਾਰੀ ਲਾਸਟ 'ਚ ਪਾਵਾਂਗੇ, ਸਟਾਰਟਿੰਗ 'ਚ ਨਹੀਂ ਹੁੰਦੀ ਕਿਸੇ ਵਲੌਗ ਦੀ ਵੀ, ਅਤੇ ਤੁਸੀਂ ਉੱਥੇ ਬਾਕੀ ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਦਿਆ ਅੰਡਰਸਕੋਰ ਕਰਨ ਦੇ ਨਾਮ ਦੇ ਉੱਤੇ, ਜਿਹੜੇ ਇਹਨਾਂ ਦੇ ਕੰਟੈਕਟ ਨੰਬਰ ਆ ਉਹ ਵੀ ਮੈਂ ਅੱਜ ਥੋੜ੍ਹੇ ਜਿਹਾ ਪਹਿਲਾਂ ਪਾਵਾਂਗਾ ਇਸ ਵੀਡੀਓ ਵਿੱਚ, ਤੁਸੀਂ ਉੱਥੋਂ ਇਹਨਾਂ ਨੂੰ ਕਾਲ ਕਰਕੇ ਇਹਦੇ ਰੇਟ ਵਗੈਰਾ ਸਾਰਾ ਕੁਝ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਉਹ ਤੁਸੀਂ ਲੈ ਸਕਦੇ ਹੋ, ਠੀਕ ਹੈ? ਹੁਣ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਅੱਜ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਇਹਨਾਂ ਨੇ ਕਿੱਦਾਂ ਦਾ ਤਿਆਰ ਕੀਤਾ ਹੋਇਆ। ਹਾਂਜੀ ਜੀ, ਇਹ ਆਪਣਾ ਕੁਬੋਟਾ ਟਰੈਕਟਰ ਹੈ, ਜਪਾਨੀ ਕੰਪਨੀ ਦਾ। ਇਹ 'ਚ ਆਪਾਂ ਹੁਣ ਏ ਸੀ ਕੈਬਿਨ ਲਾਇਆ ਸਾਰਾ, ਮੈਟਲ ਦਾ ਇਹਦੇ 'ਚ ਸਾਰਾ ਲੱਗਿਆ ਹੋਇਆ। ਇਹ 'ਚ ਆਪਾਂ ਦੋਨੋਂ ਸਾਈਡ ਇੱਕ ਇੱਕ ਦਰਵਾਜ਼ਾ ਲਗਾਇਆ, ਦੇਖੋ ਦਰਵਾਜ਼ਾ ਆਰਾਮ ਨਾਲ ਤੁਸੀਂ ਬੰਦ ਕਰ ਲਓ, ਲੋਕ ਹੋ ਜਾਣਾ ਆਪਣੇ ਆਪ, ਦੋਨੋਂ ਸਾਈਡ ਲੋਕ ਲੱਗੇ ਹੋਏ, ਇਹਦੇ 'ਚ ਤੁਹਾਡਾ ਸਮਾਨ ਵੀ ਇਹ 'ਚ ਲੋਕ ਹੋ ਜਾਏਗਾ ਸਾਰਾ। ਪਿੱਛੇ ਵੀ ਸ਼ੀਸ਼ਾ ਦਿੱਤਾ ਹੋਇਆ, ਦੋਨੋਂ ਸਾਈਡ ਗਲਾਸ ਆ, ਸੈਂਟਰ ਬੰਦ ਕੀਤਾ ਹੋਇਆ, ਉੱਧਰੋਂ ਖੁੱਲ੍ਹਦੀ ਹੋਈ, ਪਿੱਛੇ ਵੀ ਇੱਕ ਵਿੰਡੋ ਹੈ ਖੁੱਲ੍ਹਦੀ ਹੈ, ਏ ਸੀ ਲਾਲ ਦੇ ਵਿੱਚ ਏ ਸੀ ਲੱਗਿਆ ਹੋਇਆ, ਇਹ ਸੁਪਰ ਕਿੰਗ ਕੰਪਨੀ ਦਾ ਏ ਸੀ ਹੈ। ਇਹਨੂੰ ਆਪਾਂ ਪਿੱਛੇ ਸ਼ੋਕਰ ਵੀ ਲਗਾਇਆ ਹੋਇਆ, ਸ਼ੋਕਰ ਨਾਲ ਖੁੱਲ੍ਹ ਜਾਣਾ ਤੁਸੀਂ ਅੰਦਰ ਇੱਕ ਵਾਰੀ ਖੋਲ੍ਹ ਤਾ, ਬਸ ਸਿੰਪਲ। ਇੱਧਰ ਵੀ ਦਰਵਾਜ਼ਾ, ਇਹਦੇ ਲੋਕ ਵੀ ਆਪਾਂ ਗੱਡੀਆਂ ਵਾਲੇ ਯੂਜ਼ ਕੀਤੇ ਆ, ਤੁਸੀਂ ਸਮਾਨ ਰੱਖੋ, ਲੋਕ ਕਰੋ, ਚਾਬੀ ਲੱਗਦੀ ਇਹਨੂੰ ਦੋਨੋਂ ਸਾਈਡ, ਰੀਅਰ ਵਿਊ ਮਿਰਰ ਦੋਨੋਂ ਸਾਈਡ ਦਿੱਤੇ ਹੋਏ ਆ, ਅੱਗੇ ਪਾਰਕਿੰਗ ਲਾਈਟ ਇਹਦੇ 'ਚ, ਨਾਲ ਇੰਡੀਕੇਟਰ ਦੇ ਦਿੱਤੇ, ਇਹਦੇ 'ਚ ਵਾਈਪਰ ਲੱਗਿਆ ਹੋਇਆ ਅੱਗੇ, ਬਹੁਤ ਹੀ ਵਧੀਆ ਸ਼ੇਪ ਦਿੱਤੀ ਹੋਈ ਆ, ਬਹੁਤ ਸੋਹਣਾ ਮਤਲਬ ਇਹਨਾਂ ਨੇ ਇਹਨੂੰ ਬਣਾਇਆ ਹੋਇਆ ਬਾਹਰੋਂ ਤੁਸੀਂ ਦੇਖਿਆ। ਅਤੇ ਹੁਣ ਮੈਂ ਤੁਹਾਨੂੰ ਇਹਨੂੰ ਅੰਦਰੋਂ ਦਿਖਾਊਂਗਾ, ਹੁਣ ਅੰਦਰੋਂ ਵੀ ਫੁੱਲ ਏਸੀ ਕੀਤਾ ਹੋਇਆ, ਪੱਖਾ ਵੀ ਚੱਲਦਾ ਮਲਵਾ, ਦੇਖੋ ਤੁਹਾਨੂੰ ਦਿਖਾਉਣਾ ਮੈਂ ਅੰਦਰੋਂ। ਜਿਹੜੀ ਸਾਰ ਨੂੰ ਵਧੀਆ ਚੀਜ਼ ਮੈਨੂੰ ਲੱਗੀ ਜਿਹੜੀ ਕਿ ਇਹਨਾਂ ਨੇ ਦਿੱਤਾ ਹੋਇਆ, ਦੇਖੋ ਲੋਕ ਦਿੱਤਾ ਹੋਇਆ ਇਹਨੂੰ ਹੈਂਡਲ ਪ੍ਰੋਪਰ ਜਿਹੜਾ ਕੰਮ ਕਰਦਾ, ਲੋਕ ਤੁਸੀਂ ਲੋਕ ਕਰਕੇ ਬਾਕੀ ਇਹਦੇ ਅੰਦਰ ਵੜੋਗੇ ਤੁਸੀਂ, ਇਹ ਸਟੈਪ ਬੜਾ ਸੋਹਣਾ ਇਹਨਾਂ ਨੇ ਵੱਢ ਕੇ ਬਾਹਰ ਦਿੱਤਾ ਹੋਇਆ। ਅਤੇ ਫਿਰ ਇਹਦੇ ਆਪਾਂ ਅੰਦਰ ਐਂਟਰ ਹੁੰਦੇ ਹਾਂ, ਅਤੇ ਤੁਸੀਂ ਇਹਦੇ ਲਈ ਵੇਖ ਸਕਦੇ ਹੋ ਕਿੰਨੀ ਸਪੇਸ ਹੈ ਇਹਦੇ ਅੰਦਰ ਬਹਿਣ ਵਾਸਤੇ। ਥੱਲੇ ਇਹਨਾਂ ਨੇ ਇਹਨੂੰ ਥੋੜ੍ਹਾ ਵਧਾ ਕੇ ਅਤੇ ਪੈਰ ਰੱਖਣਾ ਸੀ ਚੌੜਾ ਕੀਤਾ, ਇਹਦੇ ਆ ਵੀ ਸਾਈਡ 'ਤੇ ਜਿਹੜਾ ਛਿੱਟੇ ਪੈਂਦੇ ਸੀ ਉਹਨਾਂ ਨੇ ਬੰਦ ਕਰਤਾ ਉਹਨੂੰ। ਅਤੇ ਫਿਰ ਇਹ 'ਚ ਤੁਸੀਂ ਏ ਸੀ ਦੇਖ ਸਕਦੇ ਹੋ, ਇਹਨਾਂ ਨੇ ਏ ਸੀ ਲਾਇਆ ਹੋਇਆ, ਇਹਦਾ ਸਵਿੱਚ ਆ ਤੋਂ ਮਤਲਬ ਪੱਖਾ ਵਗੈਰਾ ਵੀ ਚੱਲਦਾ, ਇੱਕ ਮਿੰਟ ਤੁਹਾਨੂੰ ਚਾਬੀ ਲਾ ਕੇ ਆ, ਪੱਖਾ ਚੱਲ ਗਿਆ ਇਹਦਾ ਹੁਣ। ਅਤੇ ਫਿਰ ਸਪੀਡਾਂ ਵੀ ਨਾ, ਤਿੰਨ ਸਪੀਡਾਂ ਦਿੱਤੀਆਂ ਹੋਈਆਂ, ਹਾਏ ਫੁੱਲ ਹਾਏ ਅਤੇ ਮੀਡੀਅਮ, ਅਤੇ ਇਹ ਲੋ, ਇੱਥੇ ਬੰਦ ਹੋ ਜਾਂਦਾ। ਫਿਰ ਤੁਹਾਡੇ ਏ ਸੀ ਇਹਦੀ ਕੂਲਿੰਗ ਤੁਹਾਨੂੰ ਦਿਖਾਊਂਗਾ ਮੈਂ ਪ੍ਰੋਪਰ ਆ। ਫਿਰ ਇਹ ਸਾਰੀ ਜਿਹੜੀ ਛੱਤ ਆ ਇਹ ਫਾਈਬਰ ਗਲਾਸ ਦਿੱਤੀ ਹੋਈ ਹੈ, ਕਿਉਂਕਿ ਇਹ ਠੰਡੀ ਰਹਿੰਦੀ ਆ, ਗਰਮ ਨਹੀਂ ਹੁੰਦੀ। ਅਤੇ ਬਾਕੀ ਇਹਦੇ ਅਗਲੇ ਬੰਨੇ ਇੱਥੇ ਤੁਸੀਂ ਸ਼ੀਸ਼ੇ ਵੀ ਲਵਾ ਸਕਦੇ ਹੋ, ਮਤਲਬ ਅਸੀਂ ਇਹਨੂੰ ਸ਼ੀਸ਼ੇ ਵੀ ਲਾ ਸਕਦੇ ਹਾਂ, ਬਟ ਉਹਨਾਂ ਨੂੰ ਲੋੜ ਸੀਗੀ, ਉਹਨਾਂ ਨੇ ਇੱਥੇ ਲੋਹੇ ਦਾ ਲਵਾ ਲਿਆ। ਅਤੇ ਬਾਕੀ ਤੁਸੀਂ ਸਾਈਡਾਂ ਦੇ ਸਕਦੇ ਹੋ, ਇਹਦੇ ਸ਼ੀਸ਼ੇ ਲੱਗੇ ਹੋਏ ਨੇ, ਇਹ ਵੀ ਸ਼ੀਸ਼ੇ ਲੱਗੇ ਹੋਏ ਆ। ਫਿਰ ਅੰਦਰ ਸ਼ੀਸ਼ਾ ਦਿੱਤਾ ਹੋਇਆ ਇੱਕ, ਇੱਥੇ ਤੁਸੀਂ ਬਾਕਸ ਵੀ ਇੱਕ ਬਣਾ ਸਕਦੇ ਹੋ ਆਪਣੇ ਸਮਾਨ ਰੱਖਣ ਵਾਸਤੇ, ਮਤਲਬ ਬਟ ਇੱਥੇ ਏ ਸੀ ਫਿੱਟ ਕੀਤਾ ਤਾਂ ਕਰਕੇ, ਬਾਕੀ ਸਾਈਡ 'ਚ ਤੁਹਾਨੂੰ ਲੋੜ ਆ ਤੁਸੀਂ ਕਿਤੇ ਵੀ ਇੱਥੇ ਬੂਫਰ ਵਗੈਰਾ ਵੀ ਤੁਸੀਂ ਹਾਂਜੀ ਇੱਥੇ ਲਵਾ ਸਕਦੇ ਹੋ ਕਿਤੇ ਵੀ। ਬਾਕੀ ਇਹ ਸਾਈਡ 'ਤੇ ਬਹਿਣ ਵਾਸਤੇ ਵੀ ਪ੍ਰੋਪਰ ਇਹਨੂੰ ਜਗ੍ਹਾ ਛੱਡੀ ਹੋਈ ਆ, ਇਹ ਲਿਫਟ ਵਗੈਰਾ ਆ। ਫਿਰ ਇਹਦੇ ਪਿੱਛੇ ਇੱਥੇ ਵੀ ਸ਼ੀਸ਼ਾ ਲੱਗ ਜਾਂਦਾ ਸਾਰਾ, ਬਟ ਉਹਨਾਂ ਨੂੰ ਨਹੀਂ ਸੀ ਲੋੜ, ਉਹਨਾਂ ਨਹੀਂ ਲਵਾਇਆ, ਇੱਥੇ ਆਹ ਲਵਾ ਲਿਆ, ਠੀਕ ਹੈ? ਇਹਦੇ ਨਾਲ ਪਿੱਛੇ ਸਾਰਾ ਦਿਖ ਜਾਂਦਾ, ਤੁਸੀਂ ਦੇਖ ਸਕਦੇ ਹੋ ਸਾਰੀਆਂ ਹੱਲਾਂ ਵਗੈਰਾ ਜਾਂ ਕੁਛ ਵੀ ਤੁਸੀਂ ਚਲਾ ਰਹੇ ਹੋ ਪ੍ਰੋਪਰ ਦਿਖੂਗਾ, ਮਤਲਬ ਸ਼ੀਸ਼ੇ ਸ਼ੀਸ਼ੇ ਨੇ, ਠੀਕ ਹੈ? ਆਲੇ ਦੁਆਲੇ ਮਤਲਬ ਬੰਦ ਵੀ ਇੱਥੋਂ ਕਰ ਲਈਦਾ। ਫਿਰ ਆਹ ਜਿਹੜਾ ਸ਼ੀਸ਼ਾ ਹੈ ਇਹ ਵੀ ਅੰਦਰੋਂ ਲੋਕ ਹੋ ਜਾਂਦਾ, ਮਤਲਬ ਕਿ ਇਹਨੂੰ ਇਹਨਾਂ ਨੇ ਇੱਦਾਂ ਲੋਕ ਕਰਨ ਵਾਸਤੇ ਦਿੱਤਾ ਹੋਇਆ, ਨਹੀਂ ਤਾਂ ਅਦਰਵਾਈਜ਼ ਇਹ ਖੁੱਲ੍ਹ ਜਾਂਦਾ ਇੱਦਾਂ, ਆਹ ਖੁੱਲ੍ਹ ਜਾਂਦਾ ਇੱਦਾਂ।
ਇਹ ਤੁਸੀਂ ਅੰਦਰੋਂ ਦੇਖਿਆ ਸਾਰਾ, ਮਤਲਬ ਅੰਦਰੋਂ ਵੀ ਕਿੰਨੇ ਸਫਾਈ ਨਾਲ ਕੰਮ ਹੋਇਆ ਸਾਰਾ, ਅਤੇ ਪ੍ਰੋਪਰ ਇਹਦਾ AC ਕੰਮ ਕਰਦਾ, ਮਤਲਬ ਬੜੀ ਵਧੀਆ ਕੂਲਿੰਗ ਹੈ ਇਹਦੀ, ਅਤੇ ਮਤਲਬ ਉਹ ਤੁਹਾਨੂੰ ਦਿਖਾਉਣਾ ਇਹਨਾਂ ਨੇ ਅੰਦਰ ਵੀ ਉਹ ਵੀ ਫਿੱਟ ਕੀਤਾ ਹੋਇਆ ਵੱਖਰਾ, ਅਤੇ ਮਤਲਬ ਬੜਾ ਸੋਹਣਾ ਚੱਲਦਾ ਆ, ਅਤੇ ਇਹ ਇਹਨਾਂ ਨੇ ਇਹਦੇ ਵਿੱਚ ਪ੍ਰੋਪਰ ਜਗ੍ਹਾ ਬਣਾਉਣੀ ਪਈ ਇਹਨਾਂ ਨੂੰ AC ਵਾਸਤੇ, ਕਿਉਂਕਿ ਇਹ 'ਚ ਟਰੈਕਟਰਾਂ 'ਚ AC ਸਿਸਟਮ ਨਹੀਂ ਆਉਂਦਾ, ਇਹ ਅਸੀਂ ਸਰ ਹੈ ਨਾ AC ਲਾਇਆ ਹੋਇਆ, ਪਰ ਇਹਨਾਂ ਨੇ ਪ੍ਰੋਪਰ ਇਹਨੂੰ ਕਰਾ ਕੇ ਸੈੱਟ ਕਰਾ ਕੇ ਅਤੇ ਇਹਦਾ AC ਇੱਥੇ ਦਿੱਤਾ ਹੋਇਆ ਸਾਰਾ, ਕੰਪਰੈਸ਼ਰ ਵਗੈਰਾ ਇਹਨੂੰ ਇਹਦੇ ਨਾਲ ਕਨੈਕਟ ਕਰਕੇ, ਅਤੇ ਇਹਦਾ ਇਹਨਾਂ ਨੂੰ ਸਾਇਲੈਂਸਰ ਵੀ ਬਾਹਰ ਕੱਢਣਾ ਪਿਆ, ਅਤੇ ਇਹਨਾਂ ਨੇ ਇਹਨੂੰ ਵੀ ਇੱਥੋਂ ਬਾਹਰ ਕੱਢ ਕੇ ਅਤੇ ਬਾਹਰ ਕੱਢ ਕੇ ਲਾਇਆ ਹੋਇਆ, ਅਤੇ ਇਹਦੇ ਆ ਇੰਡੀਕੇਟਰ ਸੀਗੇ ਅੰਦਰ ਵਾਲੇ ਬਾਹਰ ਕੱਢ ਦਿੱਤੇ, ਇੱਥੇ ਵੀ ਅਸੀਂ ਜਿਵੇਂ ਮੈਂ ਅੰਦਰੋਂ ਦੱਸਿਆ ਇੱਥੇ ਸ਼ੀਸ਼ੇ ਲੱਗ ਜਾਂਦੇ ਨੇ, ਮੈਂ ਜਿਹਨੇ ਲੋਡ ਆ ਉਹ ਲਵਾ ਸਕਦਾ ਆ, ਅਤੇ ਉਹ ਵੀ ਇਹ ਲਾ ਦਿੰਦੇ ਆ, ਕੋਈ ਵੱਡੀ ਗੱਲ ਨਹੀਂ, ਅਤੇ ਸਾਂਝੀ ਜਿਹੜੀ ਚੀਜ਼ ਸੀਗੀ ਮੇਨ ਵੀ ਇਹਦੇ ਵਿੱਚ ਵੀ ਵੈਸੇ ਸਨਰੂਫ ਲੱਗ ਜਾਂਦੀ ਆ, ਜੇ ਕਿਸੇ ਨੂੰ ਸ਼ੌਂਕ ਹੀ ਆ ਬੰਦੇ ਨੂੰ ਕਿਸੇ ਨੂੰ ਚਾਹੀਦੀ ਹੋਵੇ ਤਾਂ ਉਹ ਵੀ ਇਹ ਲਵਾ ਸਕਦਾ। ਬਾਕੀ ਇਹਦੀ ਰਿਲੇਟਡ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਆ ਜੋ ਅਸੀਂ ਦਿੰਦੇ ਹਾਂ, ਹੋਰ ਸਾਰਾ ਉਹਨਾਂ ਕੋਲ ਪੁੱਛਦੇ ਹਾਂ ਵੀ ਕਿੰਨਾ ਟਾਈਮ ਲੱਗਿਆ ਅਤੇ ਕੀ ਇਹਦਾ ਸਿਸਟਮ ਆ, ਕੀ ਇਹਦਾ ਪ੍ਰੋਸੀਜਰ ਆ, ਤੁਹਾਨੂੰ ਉਹ ਵੀ ਪੁੱਛ ਕੇ ਦੱਸਦਾ ਮੈਂ। ਆ ਜਾਓ। ਹਾਂਜੀ ਵੀ ਦੋਸਤ, ਤੁਸੀਂ ਇਹ ਦੇਖਿਆ ਕਿ ਟਰੈਕਟਰ ਨੂੰ ਬੰਦ ਕੇ AC ਕੀਤਾ ਹੋਇਆ ਇਹਨਾਂ ਨੇ ਸਾਰਾ, ਅਤੇ ਉਹ ਸਾਰਾ ਉਹਨਾਂ ਕੋਲ ਥੋੜ੍ਹੀ ਡਿਟੇਲ ਲਵਾਂਗੇ ਹੋਰ ਵੀ ਇਹਨੂੰ ਕਿੰਨਾ ਟਾਈਮ ਅਤੇ ਕੀ ਲੱਗਦਾ, ਅਤੇ ਸਰ ਪਹਿਲਾਂ ਸਾਨੂੰ ਇਹ ਦੱਸ ਦਿਓ ਕਿ ਇਹਨੂੰ ਕਿੰਨਾ ਕੁ ਟਰੈਕਟਰ ਟਾਈਮ ਲੱਗਦਾ ਹੈ ਬੰਦ ਕਰਨ। ਇਹਨੂੰ ਜੀ 1 ਮਹੀਨੇ ਦਾ ਪੂਰਾ ਟਾਈਮ ਲੱਗਦਾ, 1 ਮਹੀਨਾ ਪੂਰਾ। ਹਾਂਜੀ 1 ਮਹੀਨਾ ਪੂਰਾ ਲੱਗ ਜਾਂਦਾ ਇਹਨੂੰ, ਪੂਰਾ AC ਕੈਬਿਨ ਕਰਨ ਨੂੰ। AC ਦਾ ਕੰਮ ਵੀ ਆਪਾਂ ਪੂਰਾ ਨਾਲ ਕਰਕੇ ਦੇਣਾ ਇਹਦੇ 'ਚ। ਇਹ 'ਚ ਆਪਣਾ ਸਾਰਾ ਮੈਟਲ ਦਾ ਕੰਮ ਹੋਇਆ ਹੋਇਆ, ਜਿੰਨਾ ਵੀ ਹੈ ਲੋਕ ਇਹ 'ਚ ਸਾਰੇ ਪ੍ਰੋਪਰ ਲੱਗੇ ਹੋਏ, ਹੈਂਡਲ ਪ੍ਰੋਪਰ ਲੱਗੇ ਹੋਏ, ਤੁਸੀਂ ਆਪਣਾ ਸਮਾਨ ਇਹ 'ਚ ਲੋਕ ਕਰ ਸਕਦੇ, ਯਾਨੀ ਕਿ ਹਾਂਜੀ ਚੋਰੀ ਹੋਣ ਵਾਲਾ ਇਹਦੇ 'ਚ ਕੋਈ ਕੰਮ ਨਹੀਂ। ਕਸਟਮਰ ਦੀ ਰਿਕੁਆਇਰਮੈਂਟ 'ਤੇ ਆਪਾਂ ਇਹਦੇ 'ਚ ਮਿਊਜ਼ਿਕ ਸਿਸਟਮ ਵੀ ਲਾ ਸਕਦੇ ਹਾਂ, ਜੇ ਕੋਈ ਕਹੇ ਸਨਰੂਫ ਆਪ ਉਹ ਵੀ ਲਾ ਸਕਦੇ ਇਹਦੇ 'ਚ। ਹਾਂਜੀ ਉਹ ਵੀ ਲੱਗ ਜਾਏਗੀ ਇਹਦੇ 'ਚ। ਹਾਂਜੀ ਤਿਆਰ ਅਗਲੀ ਵੀਡੀਓ ਤੁਹਾਨੂੰ ਉਹਦੇ 'ਚ ਦਿਖਾਵਾਂਗੇ, ਉਸ ਤੋਂ ਬਾਅਦ ਤੁਹਾਨੂੰ ਕ੍ਰੂਜ਼ ਦਿਖਾਵਾਂਗੇ, ਕ੍ਰੂਜ਼ ਵੀ ਹੋ ਰਹੀ ਇੱਕ ਤਿਆਰ ਆਪਣੇ ਕੋਲ। ਮਤਲਬ ਬੜਾ ਵਧੀਆ, ਬਹੁਤ ਸਫਾਈ ਨਾਲ ਕੰਮ ਹੋ ਰਿਹਾ ਵਾ, ਤੁਹਾਨੂੰ ਮਤਲਬ ਇਹ ਨਵੇਂ ਵਲੋਗ ਹੋਰ ਦੇਖਣ ਨੂੰ ਮਿਲਣਗੇ, ਅਤੇ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਅਤੇ ਬੈਲ ਬਟਨ ਵੀ ਪ੍ਰੈਸ ਕਰਿਓ ਜਿਹਨਾਂ ਨਹੀਂ ਕੀਤਾ ਹੋਇਆ ਕਿ ਨਵੇਂ ਨੇ ਇਸ ਚੈਨਲ ਉੱਤੇ, ਅਤੇ ਬਾਕੀ ਇਹ ਕਿ ਤੁਹਾਨੂੰ ਉਹ ਵੀ ਅਸੀਂ ਇਨਫੋਰਮੇਸ਼ਨ ਨਾਲ ਨਾਲ ਦੇਵਾਂਗੇ। ਠੀਕ ਹੈ, ਥੈਂਕ ਯੂ ਸਰ। ਓਕੇ, ਥੈਂਕ ਯੂ। ਹਾਂਜੀ ਵੀ ਦੋਸਤੋ, ਇਹ ਦੇਖਿਆ ਸਾਰਾ, ਅਤੇ ਤੁਸੀਂ ਡਿਟੇਲ ਸੀਗੀ ਉਹਨਾਂ ਸਾਰੀ, ਬਾਕੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਬੇਝਿਜਕ ਤੁਸੀਂ ਉਹਨਾਂ ਨੂੰ ਕਾਲ ਕਰਿਓ, ਅਤੇ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਦੇਣਗੇ, ਰੇਟ ਵੀ ਸਾਰਾ ਦੱਸਣਗੇ, ਸਭ ਕੁਝ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ, ਤੁਹਾਡੇ ਡਿਮਾਂਡ ਦੇ ਰਿਲੇਟਡ ਵੀ ਇਹ ਚੀਜ਼ ਤਿਆਰ ਕਰਕੇ ਦੇਣਗੇ। ਅਤੇ ਪਹਿਲਾਂ ਵੀ ਤੁਸੀਂ ਦੇਖਿਆ ਕਿ ਇਹਨਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਸੀਗਾ, ਅਤੇ ਹੁਣ ਦੋ ਇਹਨਾਂ ਕੋਲ ਗੱਡੀਆਂ ਹੋਰ ਤਿਆਰ ਹੋ ਰਹੀਆਂ, ਜਿਵੇਂ ਕਿ ਸਰ ਉਹਨਾਂ ਦੱਸਿਆ ਸੀਗਾ ਪਹਿਲਾਂ। ਅਤੇ ਬਾਕੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ, ਦਿਆ ਅੰਡਰਸਕੋਰ ਤੇ ਤੁਸੀਂ ਬੈਲ ਬਟਨ ਪ੍ਰੈਸ ਕਰਿਓ। ਬਾਕੀ ਬਾਈ ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਉਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਅਤੇ ਪਤਾ ਲੱਗਦਾ ਰਹਿੰਦਾ ਵੀ ਕਿਹੜੀਆਂ ਚੀਜ਼ਾਂ ਚੇਂਜ ਕਰਨ ਵਾਲੀਆਂ ਅਤੇ ਕਿੱਦਾਂ ਕਰਨ ਵਾਲਿਆਂ ਨੇ। ਅਤੇ ਬਾਕੀ ਮਿਲਦੇ ਹਾਂ ਹੁਣ ਕਿਸੇ ਨਵੀਂ ਜਗ੍ਹਾ ਦਾ ਵਲੋਗ ਲੈ ਕੇ। ਬਾਏ।